ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਸਾਲ ਭਾਰਤ ਦੇ ਲਈ ਟੋਰਾਂਟੋ ਤੋਂ ਮੁੰਬਈ ਦੇ ਲਈ ਨਵੀਂ ਨੌਨ ਸਟੌਪ ਸੇਵਾ ਸਮੇਤ ਉਡਾਣਾਂ ਵਧਾ ਰਿਹਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ 27 ਅਕਤੂਬਰ ਤੋਂ ਟੋਰਾਂਟੋ ਅਤੇ ਮੁੰਬਈ ਦੇ ਵਿਚਕਾਰ ਉਡਾਣਾਂ ਹਫ਼ਤੇ ਦੇ ਵਿੱਚ 4 ਵਾਰ ਚੱਲਣਗੀਆਂ। ਇਸ ਦੇ ਨਾਲ ਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਮੌਂਟਰੀਅਲ ਤੋਂ ਦਿੱਲੀ ਤੱਕ ਰੋਜ਼ਾਨਾ ਉਡਾਣਾਂ ਦੀ ਸੇਵਾ ਨੂੰ ਵਧਾਉਣਗੇ। ਪਿਛਲੇ ਸਾਲ ਤੋਂ ਜਦੋਂ ਇਸਨੇ ਰੂਟ 'ਤੇ 5 ਹਫ਼ਤਾਵਾਰੀ ਉਡਾਣਾਂ ਦਾ ਸੰਚਾਲਨ ਕੀਤਾ ਸੀ। ਪੱਛਮੀ ਕੈਨੇਡਾ ਤੋਂ ਯਾਤਰਾ ਕਰਨ ਵਾਲਿਆਂ ਦੇ ਲਈ ਏਅਰਲਾਈਨ ਦਾ ਕਹਿਣਾ ਹੈ ਕਿ ਉਹ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਕੈਲਗਰੀ ਤੋਂ ਦਿੱਲੀ, ਲੰਡਨ ਰਾਹੀਂ ਰੋਜ਼ਾਨਾ ਮੌਸਮੀ ਉਡਾਣਾਂ ਦੀ ਪੇਸ਼ਕਸ਼ ਕਰੇਗੀ। ਵੈਨਕੂਵਰ ਤੋਂ ਲੰਡਨ ਤੱਕ ਦੀਆਂ ਉਡਾਣਾਂ ਵੀ ਇਸ ਸਰਦੀਆਂ ਦੇ ਵਿੱਚ ਦਿੱਲੀ ਲਈ ਉਡਾਣਾਂ ਇਸ ਸਰਦੀ ਜਿਹੜੀਆਂ ਨੇ ਉਹ ਚੱਲਣ ਜੁੜ ਜਾਣਗੀਆਂ। ਅਤੇ ਕੁੱਲ ਮਿਲਾ ਕੇ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਸਰਦੀਆਂ ਦੇ ਵਿੱਚ ਭਾਰਤ ਲਈ 25 ਹਫ਼ਤਾਵਾਰੀ ਉਡਾਣਾਂ ਜਿਹੜਾ ਉਹ ਚਲਾਏਗਾ। ਪਿਛਲੀ ਸਰਦੀਆਂ ਦੇ ਵਿੱਚ 19 ਹਫ਼ਤਾਵਾਰੀ ਉਡਾਣਾਂ ਤੋਂ ਇਹ ਵਾਧਾ ਹੈ। ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ ਵਧੇਰੇ ਕੈਨੇਡੀਅਨਾਂ ਦਾ ਰੁਝਾਨ ਅਮਰੀਕਾ ਵੱਲ ਨੂੰ ਹੋ ਰਿਹਾ ਹੈ। ਕੋਸਟ ਆਫ ਲਿਵਿੰਗ ਇਸ ਦਾ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਸ਼ਿਫਟ ਹੋਣ ਦਾ। ਬਹੁਤੇ ਅਜਿਹੇ ਵੀ ਨੇ ਜਿਹੜੇ ਸਰਹੱਦੀ ਕਸਬਿਆਂ ਨੂੰ ਵੀ ਸ਼ਿਫਟ ਹੋ ਰਹੇ ਨੇ। ਵਾਸ਼ਿੰਗਟਨ ਤੋਂ BC ਵੈਨਕੂਵਰ ਜਾਣ ਦੇ ਲਈ ਰਸਤਾ ਸਿਰਫ 45 ਕੁ ਮਿੰਟ ਦਾ ਹੈ, ਜਿੱਥੇ ਘਰ ਦੀ ਕੀਮਤ $0.25 ਮਿਲੀਅਨ ਅਮਰੀਕਾ ਦੇ ਵਿੱਚ ਦੱਸੀ ਜਾ ਰਹੀ ਹੈ। ਇਸ ਲਈ ਨੌਜਵਾਨਾਂ ਦੇ ਲਈ ਸਭ ਤੋਂ ਅਟਰੈਕਟ ਕਰਨ ਵਾਲਾ ਪੁਆਇੰਟ ਹੀ ਹਾਊਸਿੰਗ ਅਫੋਰਡੇਬਿਲਟੀ ਹੈ। ਨੌਜਵਾਨਾਂ ਨੂੰ ਲੱਗਦਾ ਹੈ ਕਿ ਕੋਸਟ ਆਫ ਲਿਵਿੰਗ ਦੇ ਹਿਸਾਬ ਦੇ ਨਾਲ ਕੈਨੇਡੀਅਨ ਹਾਊਸਿੰਗ ਤੋਂ ਜਿਹੜੀ ਹੈ ਬੈਟਰ ਉਹ USA ਦੇ ਵਿੱਚ ਇੱਕ ਸੋਹਣਾ ਘਰ ਖਰੀਦ ਸਕਦੇ ਨੇ। US ਦੀ ਜਨਗਣਨਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2022 ਦੇ ਵਿੱਚ 1,26,000 ਤੋਂ ਵੱਧ ਲੋਕ ਕੈਨੇਡਾ ਤੋਂ ਅਮਰੀਕਾ ਚਲੇ ਗਏ ਨੇ, ਜੋ ਪਿਛਲੇ ਸਾਲ ਨਾਲੋਂ 70% ਵੱਧ ਹੈ। 2022 ਦੇ ਵਿੱਚ ਅਮਰੀਕਾ ਜਾਣ ਵਾਲੇ 1,26,000 ਲੋਕਾਂ ਦੇ ਵਿੱਚੋਂ 53,000 ਕੈਨੇਡਾ ਦੇ ਵਿੱਚ ਪੈਦਾ ਹੋਏ ਸਨ, 46,000 ਅਮਰੀਕਾ ਦੇ ਵਿੱਚ ਪਰਤ ਰਹੇ ਸਨ ਅਤੇ 30,000 ਨੇ ਉੱਤਰੀ ਅਮਰੀਕਾ ਤੋਂ ਬਾਹਰੋਂ ਕੈਨੇਡਾ ਆਵਾਸ ਕੀਤਾ ਸੀ ਅਤੇ ਛੱਡਣ ਦੀ ਚੋਣ ਕੀਤੀ। ਇਹ ਅੰਕੜੇ ਸਰਹੱਦ ਦੇ ਦੱਖਣ ਵੱਲ ਵਸਣ ਵਾਲੇ ਕੈਨੇਡੀਅਨਾਂ ਦੇ ਵੱਧ ਰਹੇ ਰੁਝਾਨ ਨੂੰ ਦਰਸਾਉਂਦੇ ਨੇ ਅਤੇ ਇਮੀਗ੍ਰੇਸ਼ਨ ਵਕੀਲ ਦੇ ਮੁਤਾਬਕ ਇਸਦਾ ਮੁੱਖ ਕਾਰਨ ਰਹਿਣ ਦੀ ਲਾਗਤ ਹੈ। ਲੋਸ ਏਂਜਲਸ, ਕੈਲੀਫੋਰਨੀਆ, ਸੈਨ ਫਰਾਂਸਿਸਕੋ, ਨਿਊਯਾਰਕ ਵਰਗੇ ਕਸਬਿਆਂ ਵਿੱਚ ਨਹੀਂ ਬਲਕਿ ਸਮਾਲ ਟਾਊਨ USA ਦੇ ਵਿੱਚ ਘਰ ਖਰੀਦਣਾ ਸਸਤਾ ਹੈ। ਵਕੀਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਰਹੱਦੀ ਕਸਬਿਆਂ ਵੱਲ ਵੀ ਜਾ ਰਹੇ ਨੇ। ਵਾਸ਼ਿੰਗਟਨ ਵਿੱਚ ਰਹਿਣ ਵਾਲੇ ਕਹਿੰਦੇ ਨੇ ਕਿ ਉਹਨਾਂ ਨੂੰ ਵੈਨਕੂਵਰ BC ਜਾਣ ਲਈ 45 ਮਿੰਟ ਲੱਗਦੇ ਨੇ ਅਤੇ ਉਹਨਾਂ ਦੇ ਘਰ ਦੀ ਕੀਮਤ $0.25 ਮਿਲੀਅਨ ਹੈ। ਉਹੀ ਘਰ ਵੈਨਕੂਵਰ ਖੇਤਰ ਦੇ ਵਿੱਚ ਇੱਥੋਂ 5 ਮੀਲ ਉੱਤਰ ਦੇ ਵਿੱਚ $2-3 ਮਿਲੀਅਨ ਹੈ। ਸੈਂਡਰਸ ਜੋ ਕਿ ਮਾਹਿਰ ਨੇ ਉਹ ਕਹਿੰਦੇ ਨੇ ਕਿ ਹਾਊਸਿੰਗ ਕਿਫਾਇਤੀ ਨੌਜਵਾਨਾਂ ਲਈ ਇੱਕ ਆਕਰਸ਼ਣ ਦਾ ਬਿੰਦੂ ਹੈ, ਜੋ ਮੁੱਖ ਕਾਰਨ ਹੈ ਕਿ ਇਹ ਜਨਸੰਖਿਆ ਦੱਖਣ ਵੱਲ ਜਾਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਨੌਜਵਾਨਾਂ ਨੂੰ ਅਹਿਸਾਸ ਹੈ ਕਿ ਉਹ ਕੈਨੇਡੀਅਨ ਹਾਊਸਿੰਗ ਮਾਰਕੀਟ ਦੇ ਵਿੱਚ ਨਹੀਂ ਆ ਸਕਦੇ, ਜੋ ਉਹ ਜਿਸ ਦੇ ਲਈ ਉਹ ਯੋਗ ਹੀ ਨਹੀਂ ਹੈ। ਉਹ ਇੱਕ ਕੌਂਡੋ ਖਰੀਦ ਰਹੇ ਨੇ, ਜਦੋਂ ਕਿ ਅਮਰੀਕਾ ਦੇ ਵਿੱਚ ਉਹ ਇੱਕ ਸੁੰਦਰ ਘਰ ਖਰੀਦ ਸਕਦੇ ਨੇ। ਇੱਕ ਹੋਰ ਜਨਸੰਖਿਆ ਜੋ ਇਸ ਕਦਮ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਹੈ ਬਜ਼ੁਰਗ ਲੋਕ। ਇਸ ਉਮਰ ਸਮੂਹ ਦੇ ਦੱਖਣ ਵੱਲ ਜਾਣ ਦੇ ਕਾਰਨਾਂ ਵਿੱਚ ਕੁਝ ਓਵਰਲੈਪ ਨੋਟ ਵੀ ਕਰਦੇ ਨੇ। ਉਹ ਕੈਸ਼ ਆਊਟ ਕਰ ਰਹੇ ਨੇ, ਉਹ ਆਪਣੇ ਘਰ ਦੇ ਵਿੱਚ ਆਪਣੀ ਇਕੁਇਟੀ ਹੈ ਉਹ ਲੈ ਰਹੇ ਨੇ ਅਤੇ ਉਹ ਇਸ ਇਕੁਇਟੀ ਦੀ ਵਰਤੋਂ ਸਪਸ਼ਟ ਸਿਰਲੇਖਾਂ ਨੂੰ ਖਰੀਦਣ ਲਈ ਕਰ ਰਹੇ ਨੇ ਤਾਂ ਜੋ ਉਹਨਾਂ ਦੇ ਕੋਲ ਕੋਈ ਮੋਰਗੇਜ ਨਾ ਰਹੇ ਅਤੇ ਇਸ ਵਿੱਚੋਂ ਕੁਝ ਉਹਨਾਂ ਦੀ ਰਿਟਾਇਰਮੈਂਟ ਆਮਦਨ ਲਈ ਉਹ ਵਰਤੇ ਹੋਣ। ਸਿਹਤ ਸੰਭਾਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ US ਦੇ ਵਿੱਚ ਰਹਿਣ ਦੀ ਸਸਤੀ ਕੀਮਤ ਨੂੰ ਨੋਟ ਕਰਦੇ ਨੇ। ਬਹੁਤ ਸਾਰੇ ਲੋਕਾਂ ਲਈ ਅਜੇ ਵੀ ਇਹ ਇੱਕ ਰੁਕਾਵਟ ਹੈ ਜੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਹੀ ਰੱਖਦੀ ਹੈ। ਇਮੀਗ੍ਰੇਸ਼ਨ ਵਕੀਲ ਨੇ ਕਿਹਾ ਹੈ ਕਿ ਉਸਦੇ ਮੌਜੂਦਾ ਕੇਸਾਂ ਦਾ ਜ਼ਿਆਦਾਤਰ ਹਿੱਸਾ ਅਮਰੀਕੀਆਂ ਨਾਲ ਵਿਆਹੇ ਹੋਏ ਕੈਨੇਡੀਅਨਾਂ ਨੂੰ ਅਮਰੀਕਾ ਜਾਣ ਦੇ ਵਿੱਚ ਮਦਦ ਕਰਨਾ ਸ਼ਾਮਿਲ ਹੈ। ਉਹਨਾਂ ਲਈ ਜਿਨ੍ਹਾਂ ਕੋਲ ਇੱਕ ਅਮਰੀਕੀ ਸਾਥੀ ਹੈ, ਸਿਹਤ ਦੇਖਭਾਲ ਤੱਕ ਪਹੁੰਚ ਵਿੱਚ ਉਹਨਾਂ ਦੇ ਜੀਵਨ ਸਾਥੀ ਦੀ ਡਾਕਟਰੀ ਦੇਖਭਾਲ ਵਿੱਚ
ਜਿਹੜੀ ਹੈ ਉਹ ਟੈਪ ਕਰਨਾ ਸ਼ਾਮਿਲ ਹੈ। ਫਿਰ ਵੀ ਬਜ਼ੁਰਗ ਕੈਨੇਡੀਅਨ ਜੋੜਿਆਂ ਲਈ ਡਾਕਟਰੀ ਦੇਖਭਾਲ ਤੱਕ ਪਹੁੰਚ ਮਹਿੰਗੀ ਹੋ ਸਕਦੀ ਹੈ ਤੇ ਕਈ ਵਾਰ ਲਾਗਤ ਨੂੰ ਵੀ ਰੋਕਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।